ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਬਲਾਕ ਰੁੜਕਾ ਕਲਾਂ ਵੱਲੋਂ ਡਾਕਟਰ ਸੁਤੰਤਰ ਕੁਮਾਰ ਏਰੀ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਵਿੱਚ ਇੱਕ ਕਿਸਾਨ ਗੋਸ਼ਟੀ ਦਾ ਆਯੋਜਨ ਆਤਮਾ ਸਕੀਮ ਦੇ ਤਹਿਤ ਕੀਤਾ ਗਿਆ। ਇਸ ਦੀ ਪ੍ਰਧਾਨਗੀ ਡਾਕਟਰ ਨਾਜਰ ਸਿੰਘ ਮੁੱਖ ਖੇਤੀ ਅਫਸਰ ਜਲੰਧਰ ਵੱਲੋਂ ਕੀਤੀ ਗਈ। ਬਲਾਕ ਫਿਲੌਰ ਅਤੇ ਰੁੜਕਾ ਕਲਾਂ ਵੱਲੋਂ ਸਾਂਝੇ ਤੌਰ 'ਤੇ ਕਿਸਾਨ ਗੋਸ਼ਟੀ ਲਗਾਈ ਗਈ। ਡਾਕਟਰ ਰਣਜੀਤ ਸਿੰਘ ਚੌਹਾਨ ਬਲਾਕ ਖੇਤੀਬਾੜੀ ਅਫਸਰ ਰੁੜਕਾ ਕਲਾਂ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਕਿਸਾਨਾਂ ਦਾ ਸਵਾਗਤ ਕੀਤਾ ਗਿਆ। ਇਸ ਗੋਸ਼ਟੀ ਵਿੱਚ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਮੱਛੀ ਪਾਲਣ ਵਿਭਾਗ ਪੰਜਾਬ ਦੇ ਸਰਦਾਰ ਹਰਦੇਵ ਸਿੰਘ, ਭੂਮੀ ਅਤੇ ਜਲ ਸੰਭਾਲ ਵਿਭਾਗ ਪੰਜਾਬ ਦੇ ਕਰਮਚਾਰੀ ਮੈਡਮ ਅਮਰਜੀਤ ਕੌਰ, CDPO ਰੁੜਕਾ ਕਲਾਂ ਮੈਡਮ ਹਰਜਿੰਦਰ ਕੌਰ, ਚੇਅਰਪਰਸਨ ਬਲਾਕ ਸਮਿਤੀ ਰੁੜਕਾ ਕਲਾਂ, PAU ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਦੇ ਡਾਕਟਰ ਮਨਿੰਦਰ ਸਿੰਘ ਅਤੇ ਡਾਕਟਰ ਸੰਜੀਵ ਕੁਮਾਰ ਵੱਲੋਂ ਕਿਸਾਨਾਂ ਦੇ ਰੂਬਰੂ ਹੋ ਕੇ ਆਪਣੇ ਆਪਣੇ ਵਿਭਾਗ ਨਾਲ ਸੰਬੰਧਿਤ ਚਲਾਈਆਂ ਜਾ ਰਹੀਆਂ ਕਿਸਾਨ ਭਲਾਈ ਸਕੀਮਾਂ ਸੰਬੰਧੀ ਜਾਣਕਾਰੀ ਦਿੱਤੀ ਗਈ। ਡਾਕਟਰ ਨਾਜਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਵਿਭਾਗ ਵੱਲੋਂ ਕਿਸਾਨ ਭਲਾਈ ਸਕੀਮਾਂ ਜਿਵੇਂ ਕਿ CRM ਸਕੀਮ, CDP ਸਕੀਮ, ਆਤਮਾ ਸਕੀਮ, NFSM ਸਕੀਮ ਆਦਿ ਬਾਰੇ ਕਿਸਾਨਾਂ ਨੂੰ ਦਿੱਤੀ ਗਈ ਸਬਸਿਡੀ ਸੰਬੰਧੀ ਵਿਸਥਾਰ ਨਾਲ ਚਾਨਣਾ ਪਾਇਆ। ਜ਼ਿਲ੍ਹਾ ਜਲੰਧਰ ਤੋਂ ਡਾਕਟਰ ਕੁਲਜੀਤ ਸਿੰਘ ਸੈਣੀ, ਡਾਕਟਰ ਸੋਹਲ, ਡਾਕਟਰ ਬਲਕਾਰ ਚੰਦ, ਇੰਜੀਨੀਅਰ ਨਵਦੀਪ ਸਿੰਘ, ਰਮੇਸ਼ ਕੁਮਾਰ, ਆਤਮਾ ਸਕੀਮ ਦੇ ਪ੍ਰੋਜੈਕਟ ਡਾਇਰੈਕਟਰ ਵਿਪਨ ਸੂਦ ਅਤੇ ਡਿਪਟੀ PD ਵਿਪੁਲ ਸ਼ਾਬੜਾ ਨੇ ਆਏ ਹੋਏ ਕਿਸਾਨਾਂ ਨੂੰ ਆਪਣੇ ਆਪਣੇ ਵਿਸ਼ਾ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਅੰਤ ਵਿੱਚ ਡਾਕਟਰ ਰਮਨਦੀਪ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ। ਰੁੜਕਾ ਕਲਾਂ ਵਿਖੇ ਅਸੀਂ ਜਿਹੜੀ ਆਤਮਾ ਸਕੀਮ ਤਹਿਤ ਜਿਹੜੀ ਕਿਸਾਨ ਗੋਸ਼ਟੀ ਜਿਹੜੀ ਲਗਾਈ ਹੈ, ਜਿਸ ਵਿੱਚ ਖੇਤੀਬਾੜੀ ਵਿਭਾਗ ਅਤੇ ਇਹਦੇ ਜਿਹੜੇ ਸਹਿਯੋਗੀ ਵਿਭਾਗ ਉਹਨਾਂ ਵੱਲੋਂ ਜਿਹੜਾ ਵਾ ਸਾਂਝਾ ਜਿਹੜਾ ਜ਼ਿਮੀਂਦਾਰਾਂ ਨੂੰ ਸੰਦੇਸ਼ ਦਿੱਤਾ ਗਿਆ ਵਾ, ਵੱਖਰੇ ਵੱਖਰੇ ਵਿਭਾਗਾਂ ਵੱਲੋਂ ਆਪਾਂ ਆਪਣੀਆਂ ਸਕੀਮਾਂ ਸੰਬੰਧੀ ਜਿਹੜੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ ਹੈ, ਤਾਂ ਜੋ ਜਿਹੜੇ ਆ ਆਪਣੀ ਜਿਹੜੀ ਆ ਖੇਤਾਂ ਦੇ ਵਿੱਚ ਜਿਹੜੀ ਆ ਨਵੀਂ ਟੈਕਨੋਲੋਜੀ ਜਿਹੜੀ ਆ ਉਹ ਆਪਣੇ ਵਰਤ ਕੇ ਜਿਹੜੇ ਆਪਣੀ ਫਸਲ ਦਾ ਜਿਹੜਾ ਝਾੜ ਵਧਾਉਣ। ਜਿਸ ਤਰ੍ਹਾਂ ਹੁਣ ਅੱਜ ਅਸੀਂ ਇਹ ਕਿਸਾਨਾਂ ਨੂੰ ਜਿਹੜਾ ਵਾ ਡਾਇਵਰਸੀਫਿਕੇਸ਼ਨ ਬਾਰੇ ਵੀ ਜਾਣਕਾਰੀ ਦਿੱਤੀ ਆ, ਕਿਉਂਕਿ ਜਿਹੜਾ ਪਾਣੀ ਜਿਹੜਾ ਵਾ ਦਿਨੋਂ ਦਿਨ ਜਿਹੜਾ ਥੱਲੇ ਜਾ ਰਿਹਾ ਵਾ, ਜਿਹਦਾ ਕਰਕੇ ਝੋਨੇ ਥੱਲੇ ਰਕਬਾ ਕੱਢ ਕੇ ਮੱਕੀ ਥੱਲੇ, ਕਮਾਦ ਥੱਲੇ, ਦਾਲਾਂ ਥੱਲੇ ਅਤੇ ਤੇਲ ਬੀਜ ਫਸਲਾਂ ਥੱਲੇ ਵਧਾਉਣ ਬਾਰੇ ਵੀ ਜਾਣਕਾਰੀ ਦਿੱਤੀ ਗਈ ਆ। ਜ਼ਿਮੀਂਦਾਰਾਂ ਨੂੰ ਕਣਕ ਦਾ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਨਾ ਅੱਗ ਲਾਉਣ ਬਾਰੇ ਜਿਹੜੀ ਆ ਉਹ ਜਾਣਕਾਰੀ ਦਿੱਤੀ ਗਈ ਹੈ। ਅਤੇ ਜ਼ਿਮੀਂਦਾਰਾਂ ਨੂੰ ਅਸੀਂ ਜਿਹੜਾ ਵਾ ਖੇਤੀਬਾੜੀ ਵਿਭਾਗ ਵੱਲੋਂ ਜਿਹੜੀ ਖੇਤੀ ਮਸ਼ੀਨਰੀ ਜਿਹੜੀ ਆ ਸਬਸਿਡੀ ਦਿੱਤੀ ਗਈ ਹੈ, ਤਾਂ ਜੋ ਜਿਹੜਾ ਆਪਣੇ ਜਿਹੜੇ ਆ ਖੇਤਾਂ ਦੇ ਵਿੱਚ ਜਿਹੜੇ ਝੋਨੇ ਦੀ ਪਰਾਲੀ ਕਣਕ ਦਾ ਨਾੜ ਦਬਾ ਸਕਣ ਅਤੇ ਖੇਤ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ। ਇਸ ਵਾਸਤੇ ਅਸੀਂ ਜਿਹੜੀ ਆ ਹੁਣ ਤੋਂ ਜਿਹੜੀ ਆ ਜਾਗਰੂਕ ਜਿਹੜੀ ਮੁਹਿੰਮ ਜਿਹੜੀ ਆ ਉਹ ਜਿਹੜੀ ਆ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾ ਦਿੱਤੀ ਗਈ ਆ। ਪਿੰਡਾਂ ਦੇ ਵਿੱਚ ਅਸੀਂ ਜਿਹੜੇ ਸੀਗੇ ਪਿਛਲੇ ਜਿਹੜੇ ਸੀ ਸੀਜ਼ਨ ਉਦੋਂ ਵੀ ਕੈਂਪ ਲਗਾਏ ਸੀਗੇ, ਹੁਣ ਵੀ ਜਿਹੜੇ ਅਸੀਂ ਕੈਂਪ ਲਗਾ ਕੇ ਛੋਟੇ ਛੋਟੇ ਜਿਹੜੇ ਆ ਨੁੱਕੜ ਮੀਟਿੰਗਾਂ ਕਰਕੇ ਗੁਰਦਿਆਂ 'ਚ ਗੁਰਦੁਆਰਿਆਂ 'ਚ ਵੀ ਅਨਾਊਂਸਮੈਂਟ ਕਰਾ ਕੇ ਜਿਹੜੇ ਆ ਅਸੀਂ ਕਿਸਾਨਾਂ ਨੂੰ ਜਿਹੜੀ ਆ ਵੱਧ ਤੋਂ ਵੱਧ ਜਿਹੜੀ ਜਾਣਕਾਰੀ ਮੁਹੱਈਆ ਕਰਵਾਵਾਂਗੇ, ਤਾਂ ਜੋ ਜਿਹੜੇ ਕਿਸਾਨ ਆ ਆਪਣੇ ਜਿਹੜੇ ਕਣਕ ਦੀ ਫਸਲ ਦੇ ਜਿਹੜੇ ਨਾੜ ਨੂੰ ਅੱਗ ਨਾ ਲਗਾਉਣ ਅਤੇ ਫਸਲ ਜਿਹੜਾ ਵਾ ਆਪਣੇ ਖੇਤੀ ਵਿੱਚ ਦਿਵਾਉਣ, ਕਿਉਂਕਿ ਵਾਤਾਵਰਨ ਤੋਂ ਪਲੂਤ ਹੋਣ ਤੋਂ ਵੀ ਬਚਾਇਆ ਜਾ ਸਕੇ ਅਤੇ ਜ਼ਮੀਨ ਦੀ ਜਿਹੜੀ ਸਿਹਤ ਜਿਹੜੀ ਆ ਉਹ ਵੀ ਜਿਹੜੀ ਆ ਵਧਾਈ ਜਾ ਸਕੇ। ਮੈਂ ਡਾਕਟਰ ਰਣਜੀਤ ਸਿੰਘ ਚੌਹਾਨ, ਬਲਾਕ ਖੇਤੀਬਾੜੀ ਅਫਸਰ ਰੁੜਕਾ ਕਲਾਂ, ਜ਼ਿਲ੍ਹਾ ਜਲੰਧਰ ਤੋਂ। ਦੋਸਤੋ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ
ਕਿਸਾਨਾਂ ਦੀ ਸੇਵਾ ਦੇ ਵਿੱਚ ਤਕਰੀਬਨ ਹਰ ਮਹੀਨੇ ਇੱਕ ਜਾਂ ਦੋ ਕੈਂਪ ਲਗਾ ਕੇ ਉਹਨਾਂ ਨੂੰ ਤਕਨੀਕੀ ਜਾਣਕਾਰੀ ਮੁਹੱਈਆ ਕਰਵਾ ਰਿਹਾ ਹੈ। ਉਸੇ ਲੜੀ ਦੇ ਵਿੱਚ ਅੱਜ ਰੁੜਕਾ ਕਲਾਂ ਦੇ ਵਿੱਚ ਇੱਕ ਕਿਸਾਨ ਗੋਸ਼ਟੀ ਆਤਮਾ ਸਕੀਮ ਦੇ ਤਹਿਤ ਕਰਵਾਈ ਗਈ, ਜਿਸ ਦੇ ਵਿੱਚ ਵੱਖ ਵੱਖ ਪਿੰਡਾਂ ਦੇ ਬਹੁਤ ਸਾਰੇ ਕਿਸਾਨ ਵੀਰਾਂ ਅਤੇ ਕਿਸਾਨ ਬੀਬੀਆਂ ਨੇ ਭਾਗ ਲਿਆ। ਅੱਗੇ ਮਾਹਰਾਂ ਜਿਹੜੇ ਆਏ ਸੀ ਉਹ ਸੀ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੇ ਇਸ ਗੋਸ਼ਟੀ ਦੇ ਵਿੱਚ ਭਾਗ ਲਿਆ। ਪ੍ਰਧਾਨਗੀ ਕੀਤੀ ਸਾਡੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਨਾਜਰ ਸਿੰਘ, ਉਹਨਾਂ ਨੇ ਉਹਨਾਂ ਦੇ ਨਾਲ ਮੱਛੀ ਪਾਲਣ ਵਿਭਾਗ, ਬਾਗਬਾਨੀ ਵਿਭਾਗ, ਭੂਮੀ ਰੱਖਿਆ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਫਾਰਮ ਸਲਾਹਕਾਰ ਸੇਵਾ ਕੇਂਦਰ, ਉਹਨਾਂ ਦੇ ਡਾਕਟਰ ਸਾਹਿਬਾਨ ਨੇ ਆ ਕੇ ਭਾਗ ਲਿਆ। ਕਿਸਾਨ ਵੀਰਾਂ ਦੇ ਵੱਲੋਂ ਕਾਫੀ ਸਵਾਲ ਸੀ, ਜਿਹੜੇ ਤਕਨੀਕੀ ਗਿਆਨ ਸੀ ਜਿਹੜਾ ਉਹ ਕਿਸਾਨ ਵੀਰਾਂ ਨੂੰ ਤੋਂ ਲਿਆ ਗਿਆ, ਮਾਹਰਾਂ ਤੋਂ ਲਿਆ ਗਿਆ। ਮਾਹਰਾਂ ਨੂੰ ਉਹਨਾਂ ਨੇ ਸਵਾਲ ਕੀਤੇ ਜਿਹੜੇ ਉਹਨਾਂ ਦੇ ਮਨ ਦੇ ਵਿੱਚ ਸੀ, ਆਉਣ ਵਾਲੀਆਂ ਫਸਲਾਂ ਜਿਹੜੀਆਂ, ਜਿਵੇਂ ਹੁਣ ਕਣਕ ਦੇ ਉੱਤੇ ਕੋਈ ਕੀੜੇ ਮਕੌੜੇ ਸੰਬੰਧੀ, ਸਰ੍ਹੋਂ ਦੇ ਉੱਤੇ ਕਿਸੇ ਕੀੜੇ ਮਕੌੜੇ ਦੇ ਸੰਬੰਧੀ ਜਿਹੜੀ ਵੀ ਕੋਈ ਜਾਣਕਾਰੀ ਕਿਸਾਨ ਵੀਰਾਂ ਨੂੰ ਚਾਹੀਦੀ ਸੀ, ਮਾਹਰਾਂ ਨੇ ਬਾਖੂਬੀ ਦਿੱਤੀ ਹੈ। ਸੋ ਮੈਂ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਕੈਂਪ ਜਦੋਂ ਖੇਤੀਬਾੜੀ ਵਿਭਾਗ ਅਰੇਂਜ ਕਰਦਾ ਆ ਤਾਂ ਤੁਸੀਂ ਵੱਧ ਚੜ੍ਹ ਕੇ ਇਹਦੇ ਵਿੱਚ ਹਿੱਸਾ ਲਓ, ਕਿਉਂਕਿ ਖੇਤੀ ਦੇ ਉੱਤੇ ਹੀ ਸਾਡਾ ਸਾਰਾ ਦਾਰੋਮਦਾਰ ਨਿਰਭਰ ਕਰਦਾ ਹੈ। ਜੇਕਰ ਸਾਡੀ ਖੇਤੀ ਤਕਨੀਕੀ ਹੋਊ ਅਸੀਂ ਤਾਂ ਕੁਝ ਪੈਸੇ ਵੀ ਬਚਾ ਸਕਦੇ ਹਾਂ, ਕਿਉਂਕਿ ਅੰਨੇਵਾਹ ਦਵਾਈਆਂ ਅਤੇ ਯੂਰੀਆ ਖਾਦ ਜਿਹੜੀ ਖੇਤਾਂ ਦੇ ਵਿੱਚ ਪੈਂਦੀ ਹੈ ਉਹਨੂੰ ਅਸੀਂ ਬਚਾ ਸਕਦੇ ਹਾਂ। ਸਾਡਾ ਵਿਭਾਗ ਆ ਹਰ ਵਕਤ ਕਿਸਾਨ ਵੀਰਾਂ ਦੇ ਨਾਲ ਆ, ਕਿਸਾਨ ਵੀਰਾਂ ਨੂੰ ਤਕਨੀਕੀ ਮੁਹੱਈਆ ਜਾਣਕਾਰੀ ਮੁਹੱਈਆ ਕਰਵਾ ਕੇ ਅਤੇ ਜਿੰਨੇ ਵੀ ਪੈਸੇ ਉਹਨਾਂ ਦੇ ਖੇਤੀ 'ਚੋਂ ਬਚ ਸਕਦੇ ਆ ਉਹ ਬਚਾਉਣ ਲਈ ਹਰ ਵਕਤ ਕੋਸ਼ਿਸ਼ ਕਰਦਾ ਆ। ਸੋ ਕਿਸਾਨ ਵੀਰੋ, ਵਿਭਾਗ ਦਾ ਸਾਥ ਦਿਓ ਆਉਣ ਵਾਲੇ ਸਮੇਂ ਦੇ ਵਿੱਚ ਵੀ, ਜਿਸ ਤਰ੍ਹਾਂ ਤੁਸੀਂ ਅੱਜ ਇਸ ਗੋਸ਼ਟੀ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ, ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਵੱਧ ਚੜ੍ਹ ਕੇ ਹਿੱਸਾ ਲਓ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ।